ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਇਲਾਕੇ ਵਿੱਚ ਅਕਾਲੀ ਦਲ ਵੱਲੋਂ ਆਯੋਜਿਤ ਕੀਤੀ ਗਈ ਰੈਲੀ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਰੈਲੀ ਦੌਰਾਨ ਲਗਾਏ ਚਾਹ ਪਕੌੜੇ ਨਾ ਮਿਲਣ ਕਾਰਨ ਕਈ ਕਾਰਜਕਰਤਾ ਨਾਰਾਜ਼ ਹੋ ਗਏ ਉਹਨਾਂ ਨੇ ਪਕੌੜੇ ਨਾ ਮਿਲਣ ਤੇ ਅਕਾਲੀ ਦਲਾਂ ਦਾ ਸਾਥ ਵੀ ਛੱਡ ਦਿੱਤਾ ਅਤੇ ਕਾਂਗਰਸੀ ਉਮੀਦਵਾਰਾਂ ਦੇ ਨਾਂ ਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਲੋਕ ਸਭਾ ਉਮੀਦਵਾਰ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਪਿੰਡ ਹਸਤਾ ਕਲਾ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੱਲੋਂ ਇੱਕ ਜਨ ਸਭਾ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਆਏ ਲੋਕਾਂ ਲਈ ਚਾਹ ਪਕੌੜੇ ਦਾ ਪ੍ਰਬੰਧ ਕੀਤਾ ਗਿਆ ਸੀ ਜਨ ਸਭਾ ਵਿੱਚ ਲੋਕਾਂ ਅਤੇ ਵਰਕਰਾਂ ਦੀ ਭੀੜ ਜ਼ਿਆਦਾ ਹੋਣ ਕਰਕੇ ਲੋਕਾਂ ਨੂੰ ਪਕੌੜੇ ਨਹੀਂ ਮਿਲੇ ਉਕਤ ਵਰਕਰਾਂ ਨੇ ਪਕੌੜੇ ਨਾ ਮਿਲਣ ਕਾਰਨ ਸੁਖਵੀਰ ਸਿੰਘ ਬਾਦਲ ਦਾ ਸਾਥ ਛੱਡ ਕੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿੱਚ ਆ ਗਿਆ ਤੇ ਘੁਬਾਇਆ ਦੇ ਨਾਂ ਦੇ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਉੱਥੇ ਪ੍ਰੋਗਰਾਮ ਬਸ ਥੋੜਾ ਘਣਾ ਹੈਗਾ ਸੀ ਤੇ ਬੁੱਢਿਆਂ ਬੰਦੇ ਹਸਤੇ ਖਲਾਣ ਦੇ ਸਾਰੇ ਆਏ ਸੀ ਕੋਈ ਨਵੇਂ ਹਸਤੇ ਦੇ ਆਏ ਸੀ ਨੂਰਛਾਂ ਦੇ ਨੌਲਾਂ ਦੇ ਰਾਣੇ ਦੇ ਤੇ ਉੱਥੇ ਪਕੌੜਿਆਂ ਦਾ ਇਹ ਜਿਹਾ ਬਣਿਆ ਬਹਾਨਾ ਕੋਈ ਤਾਂ ਵੱਡੇ ਵੱਡੇ ਜਿਹੜੇ ਲੀਡਰ ਹੈਗੇ ਸੀ ਉਹ ਖਾ ਗਏ ਤੇ ਰਹਿੰਦੇ ਪਿੰਡ ਵਾਲਿਆਂ ਨੂੰ ਕਿਸੇ ਨੂੰ ਇੱਕ ਆਇਆ ਤੇ ਕਈ ਘਣੇ ਰਹਿ ਗਏ ਚੱਲ ਇਹ ਜੰਗੀਰ ਸਿੰਘ ਸਾਰੇ ਪਿੰਡ 'ਚ ਵਜਿਆ ਨਾਲ ਨਵੇਂ ਰਸਤੇ 'ਚ ਗਲਸ਼ੇਰ ਸਿੰਘ ਇਹਨਾਂ ਪਿੰਡਾਂ 'ਚ ਆਖਾ ਬਹੁਤ ਅਸੀਂ ਕੁਝ ਕਰਦੇ ਪਏ ਪਕੌੜੇ ਤੇ ਬੜਾ ਕੁਝ ਦਾਲ ਫੁਲਕਾ ਬਣਾਉਂਦੇ ਪਏ ਗੁਲਾਬ ਜਾਮਨ ਚਲਾਣੇ ਨੇ ਸੰਗਤ ਨੂੰ ਠੱਗ ਤੇ ਲੈ ਗਏ ਉੱਥੇ ਅਸੀਂ ਜਿਸਲੇ ਗਏ ਨਾ ਸਾਨੂੰ ਉੱਥੇ ਕੋਈ ਚੀਜ਼ ਨਹੀਂ ਮਿਲੀ ਤੇ ਅਸੀਂ ਤਾਂ ਉੱਥੇ ਨਾਰਾਜ਼ ਹੋ ਤੇ ਅਸੀਂ ਨਾਰਾ ਸ਼ੇਰ ਸਿੰਘ ਦਾ ਲਾ ਦਿੱਤਾ ਤੇ ਉੱਥੇ ਲੈਣਾ ਲੈਣਾ ਹੋ ਗਈ ਸ਼ੇਰ ਸਿੰਘ ਨਾਰਾ ਗਦੀ ਦਾ ਠੁੱਕੇ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼